ਅਛਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਮੈਂ ਭਾਰਤ ਦੇ ਵਿੱਚ ਟੂਰ ਕਰ ਰਿਹਾ ਆ ਤੇ ਬਹੁਤ ਸਾਰੇ ਜਿਹੜੇ ਮੇਰੇ ਵੀਰ ਆ ਜਾਂ ਭੈਣਾਂ ਆ ਉਹ ਆਪਣੇ ਘਰਦਿਆਂ ਨੂੰ ਇੱਥੇ ਜਿਹੜੀਆਂ ਉਹ ਸਕੂਟਰੀਆਂ ਜਿਹੜੀਆਂ ਉਹ ਲੈ ਕੇ ਦਿੰਦੇ ਰਹਿੰਦੇ ਆ ਤੇ ਇਹਦੇ ਰਿਗਾਰਡਿੰਗ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣ ਜਾ ਰਿਹਾ ਆ ਕਿ ਦੋਸਤੋ ਹੁਣ ਥੋੜਾ ਸਮਾਂ ਜਿਹੜਾ ਉਹ ਵੇਟ ਕਰੋ ਕਿਉਂਕਿ ਇਲੈਕਟ੍ਰਿਕ ਸਕੂਟਰੀਆਂ ਜਿਹੜੀਆਂ ਉਹ ਭਾਰਤ ਦੇ ਵਿੱਚ ਬਹੁਤ ਵਧੀਆ ਤੇ ਵਧੀਆ ਰਿਸਰਚ ਦੇ ਨਾਲ ਜਿਹੜੀ ਉਹ ਲਾਂਚ ਹੋਣ ਜਾ ਰਹੀਆਂ ਆ ਹੀਰੋ ਦੀ ਜਿਹੜੀ ਪਹਿਲੀ ਈ-ਸਕੂਟਰੀਆ ਉਹ ਲਾਂਚ ਹੋ ਗਈ ਆ ਕੀਮਤ ਥੋੜੀ ਜਿਹਾ ਜ਼ਿਆਦਾ ਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕੰਪੀਟੀਸ਼ਨ ਜਦੋਂ ਵਧੇਗਾ ਤੇ ਹੋਰ ਵੀ ਸਸਤੀਆਂ ਸਕੂਟਰੀਆਂ ਜਿਹੜੀਆਂ ਉਹ ਆ ਜਾਣਗੀਆਂ ਸਿੰਗਲ ਚਾਰਜ ਦੇ ਵਿੱਚ 165 ਕਿਲੋਮੀਟਰ ਜਿਹੜੀ ਇਹ ਚੱਲੇਗੀ ਤੇ ਇਹਦੇ ਜਿਹੜੇ ਆ ਦੋ ਵੇਰੀਐਂਟ V1+ ਤੇ V1 Pro ਜਿਹੜੇ ਆ ਉਹ ਕੰਪਨੀ ਦੁਆਰਾ ਜਿਹੜੇ ਆ ਉਹ ਲਾਂਚ ਕੀਤੇ ਗਏ ਆ ਜੇਕਰ ਤੁਸੀਂ ਇਸ ਨੂੰ ਬੁੱਕ ਕਰਨਾ ਚਾਹੁੰਦੇ ਆ ਤੇ ਟੋਕਨ ਮਨੀ ਦੇ ਕੇ ਤੁਸੀਂ ਇਸ ਨੂੰ ਬੁੱਕ ਵੀ ਕਰਵਾ ਸਕਦੇ ਆ ਤੇ V1+ ਦੀ ਐਕਸ਼ ਸ਼ੋਰੂਮ ਕੀਮਤ 1.45 ਲੱਖ ਰੁਪਏ ਆ ਤੇ Pro ਦੀ ਜਿਹੜੀ ਕੀਮਤ ਆ 1.60 ਲੱਖ ਦੇ ਕਰੀਬ ਰੱਖੀ ਗਈ ਆ 2499 ਦੀ ਟੋਕਨ ਮਨੀ ਦੇ ਕੇ ਤੁਸੀਂ ਇਸ ਨੂੰ ਜਿਹੜਾ ਆ ਉਹ ਬੁੱਕ ਕਰਵਾ ਸਕਦੇ ਆ ਤਿੰਨ ਕਲਰ ਆਪਸ਼ਨਸ ਦੇ ਨਾਲ ਇਹ ਆ ਰਹੀ ਆ ਤੇ ਇੱਕ ਵਾਰ ਚਾਰਜ ਕਰਨ ਤੇ 165 ਕਿਲੋਮੀਟਰ ਚਲੇਗੀ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਆਉਣ ਵਾਲਾ ਜਿਹੜਾ ਸਮਾਂ ਆ ਉਹ ਇਲੈਕਟ੍ਰਿਕ ਗੱਡੀਆਂ ਤੇ ਸਕੂਟਰੀਆਂ ਦਾ ਆ ਸੋ ਪੈਸੇ ਜਿਹੜੇ ਉਹ ਆਪਣੇ ਜ਼ਿਆਦਾ ਤੁਸੀਂ ਖਰਾਬ ਨਾ ਕਰੋ ਜੇਕਰ ਤੁਸੀਂ ਦੂਸਰੀਆਂ ਸਕੂਟਰੀਆਂ ਲੈ ਰਹੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇਲੈਕਟ੍ਰਿਕ ਸਕੂਟਰੀਆਂ ਆਉਂ ਭਾਰਤ ਦੇ ਵਿੱਚ ਲਾਂਚ ਹੋਣਗੀਆਂ ਤੇ 80 ਕਿਲੋਮੀਟਰ ਦੀ ਇਹਦੀ ਟੌਪ ਸਪੀਡ ਆ ਤੇ 7 ਇੰਚ ਦਾ ਜਿਹੜਾ ਇਹਦੇ ਵਿੱਚ ਟੱਚ ਸਕਰੀਨ ਵੀ ਦਿੱਤਾ ਜਾਏਗਾ ਫਰੰਟ ਡਿਸਕ ਬ੍ਰੇਕ ਤੇ ਰੀਅਰ ਡਰਮ ਬ੍ਰੇਕ ਦੇ ਨਾਲ ਇਹ ਜਿਹੜੀ ਆਏਗੀ ਸੋ ਚੱਕ ਤੁਸੀਂ ਜੇ ਕਰਨਾ ਚਾਹੁੰਦੇ ਆ ਤੇ ਉਹ ਵੀ ਤੁਸੀਂ ਚੈੱਕ ਕਰ ਸਕਦੇ ਆ ਤੇ ਇਸ ਤੋਂ ਇਲਾਵਾ ਜੇ ਤੁਹਾਡਾ ਕੋਈ ਕੁਐਸਚਨ ਆ ਉਹ ਵੀ ਤੁਸੀਂ ਮੈਨੂੰ ਪੁੱਛ ਸਕਦੇ ਆ ਫਿਰ ਵੀ ਮੈਂ ਤੁਹਾਨੂੰ ਥੋੜੀ ਜਿਹੀ ਇਹਦੀ ਡਿਟੇਲਸ ਦੱਸ ਦਨਾ ਆ ਕਿ 80 ਕਿਲੋਮੀਟਰ ਪਰ ਆਵਰੇ ਦੀ ਟੌਪ ਸਪੀਡ ਰਹੇਗੀ 1.2 ਕਿਲੋਮੀਟਰ ਪਰ ਮਿੰਟ ਜਿਹੜੀ ਇਹਦੀ ਫਾਸਟ ਚਾਰਜਿੰਗ ਹੋਏਗੀ 165 ਕਿਲੋਮੀਟਰ ਦੀ ਇਹਦੀ ਆਈਡੀਸੀ ਰੇਂਜ ਰਹੇਗੀ ਤੇ 0 ਤੋਂ 40 ਕਿਲੋਮੀਟਰ ਪਰ ਆਰ ਜਿਹੜੀ ਇਹ ਸਪੀਡ 3.2 ਸੈਕਿੰਡ ਦੇ ਵਿੱਚ ਫੜ ਲੈਗੀ ਸੋ ਜਾਣਕਾਰੀ ਦਿੱਤੀ ਆ ਤੁਸੀਂ ਵੀ ਜਾ ਕੇ ਚੈੱਕ ਕਰ ਲਈਓ ਤੇ ਥੋੜਾ ਵੇਟ ਕਰ ਲੋ ਤੇ ਵਧੀਆ ਰਹ ਜੂਗੇ ਬਾਕੀ ਖੁਸ਼ ਰਹੋ ਤੇ